ਦੋ ਮਿੰਟ ਮਾਤਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸਾਰੇ ਵੀਰਾਂ ਤੇ ਭੈਣਾਂ ਨੂੰ ਅਸੀਂ ਦੁਬਾਰਾ ਜਾਣਕਾਰੀ ਅੱਜ ਇੱਕ ਸਾਂਝੀ ਕਰਨ ਲੱਗੇ ਹਾਂ ਆ ਬੱਚੇ ਨੇ ਜਿਵੇਂ ਕਿ ਤੁਸੀਂ ਦੇਖੀ ਹੋਈ ਆ ਹੁਣ ਫੋਟੋ ਅਤੇ ਇਹ ਭੈਣ ਸਾਡੇ ਕੋਲ ਆਈ ਆ ਅਸੀਂ ਕੱਲ੍ਹ ਵੀ ਇਹਨਾਂ ਦੀ ਵੀਡੀਓ ਪਾਈ ਸੀ ਅਤੇ ਤੁਹਾਨੂੰ ਦੱਸਿਆ ਵੀ ਸੀ ਜਿਹੜਾ ਪੰਜਾਬ ਦੇ ਵਿੱਚ ਵਗਦਾ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਉਹਦੀ ਖੇਡ ਅਤੇ ਉਹਦੇ ਵਿੱਚ ਡੁੱਬੇ ਹੋਏ ਨੌਜਵਾਨ ਦੀ ਜਿਹੜੀ ਸਾਡੇ ਪੰਜਾਬ ਦੀ ਅਸੀਂ ਕੱਲ੍ਹ ਦੇ ਸਮੇਂ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਵੀ ਦਿੱਤੀ ਸੀ ਅੱਜ ਗੁਰੂ ਮਹਾਰਾਜ ਨੇ ਬੜੀ ਕਿਰਪਾ ਕਰੀ ਸੱਚੇ ਪਾਤਸ਼ਾਹ ਨੇ ਸਾਡਾ ਇਹ ਮਨੀ ਵੀਰ ਆ ਜਿਹਨਾਂ ਨੇ ਇਹ ਲੜਕੀ ਨੂੰ ਲੈ ਕੇ ਅੰਦਾਜ਼ ਚੱਕ ਕੇ ਆਰਤੀ ਚੌਂਕ ਦੇ ਵਿੱਚ ਬੜੀ ਮਾੜੀ ਹਾਲਤ ਦੇ ਵਿੱਚ ਇਹ ਲੜਕੀ ਪਈ ਸੀ ਅਤੇ ਇਹਨੇ ਕੱਲ੍ਹ ਇਹਦਾ ਪਰਿਵਾਰ ਵੀ ਮੁੰਡੇ ਨੇ ਬੜੀ ਕੋਸ਼ਿਸ਼ਾਂ ਦੇ ਨਾਲ ਲੱਭਿਆ ਫਾਦਰ ਸਾਹਿਬ ਆ ਲੜਕੀ ਦੇ ਜੀ ਕੀ ਨਾਮ ਆ ਬਾਈ ਜੀ ਤੁਹਾਡਾ ਨਾਂ ਜੀ ਰਿਸ਼ਪਾਲ ਸਿੰਘ ਰਿਸ਼ਪਾਲ ਸਿੰਘ ਨਾਮ ਆ ਜੀ ਇਹਨਾਂ ਦਾ ਅਤੇ ਖਰਾਦ ਦਾ ਕੰਮ ਕਰਦੇ ਆ ਇਹ ਫੋਟੋ ਕੱਢੋ ਜਿਹੜੀ ਤੁਹਾਡੀ ਉੱਥੋਂ ਨੇ ਚੌਂਕ ਵਾਲੀ ਅਤੇ ਇਹ ਵੀਰ ਖਰਾਬ ਦਾ ਕੰਮ ਕਰਦਾ ਇਹਨਾਂ ਦੇ ਹੋਰ ਵੀ ਤਿੰਨ ਬੇਟੀਆਂ ਹੈਗੀਆਂ ਗੁਰੂ ਮਹਾਰਾਜ ਨੇ ਬੜੀ ਕਿਰਪਾ ਕਰੀ ਆ ਵਧੀਆ ਪਰਿਵਾਰ ਦੇ ਵਿੱਚ ਵੱਸਦੀਆਂ ਵਧੀਆ ਠੀਕ ਆ ਇਹ ਚੌਥੀ ਬੇਟੀ ਆ ਇਹ ਤੁਹਾਨੂੰ ਅਸੀਂ ਦਿਖਾਉਣਾ ਚਾਹੁੰਦੇ ਹਾਂ ਆ ਤੁਸੀਂ ਦੇਖੋ ਇਸ ਹਾਲਤ ਦੇ ਵਿੱਚ ਇਹ ਲੜਕੀ ਆਪਣੇ ਬੱਚੇ ਦੇ ਨਾਲ ਆਰਤੀ ਚੌਂਕ ਲੁਧਿਆਣਾ ਦੇ ਵਿੱਚ ਪਈ ਸੀਗੀ ਇਹ ਆਰਤੀ ਚੌਂਕ ਦੇ ਵਿੱਚ ਸ਼ੈੱਡ ਬਣਿਆ ਸਾਡੇ ਲੁਧਿਆਣੇ ਮਸ਼ਹੂਰ ਆਰਤੀ ਚੌਂਕ ਆ ਜੀ ਆ ਪਿੱਛੇ ਲਿਖਿਆ ਹੋਇਆ ਸ਼ੈੱਡ ਦੇ ਵਿੱਚ ਵੀ ਜੁੱਤੀ ਲੈ ਕੇ ਨਾ ਬੈਠੋ ਜੀ ਅਤੇ ਇਹ ਬੱਚਾ ਅਲੱਗ ਪਿਆ ਤੁਸੀਂ ਦੇਖ ਸਕਦੇ ਹੋ ਇਨਸਾਨੀਅਤ ਲੋਕਾਂ ਦੀ ਇੰਨੀ ਖਤਮ ਹੋ ਗਈ ਹੈ ਵੀ 24 ਘੰਟੇ ਬੱਚਾ ਇਸੇ ਹਾਲਤ ਦੇ ਵਿੱਚ ਕੋਲ ਪਿਆ ਰਿਹਾ ਅਤੇ ਕੁੜੀ ਦੀ ਕੌਨਸ਼ੀਨੈਂਸ ਸੀ ਜਿਹੜੀ ਦੇਖੋ ਤੁਸੀਂ ਹਾਲਾਤ ਇੰਨੇ ਜ਼ਿਆਦਾ ਮਾੜੇ ਸੀ ਸਿਹਤ ਇੰਨੀ ਕਮਜ਼ੋਰ ਹੋ ਚੁੱਕੀ ਸੀਗੀ ਵੀ ਉਹ ਸਾਂਭਣ ਯੋਗ ਨਹੀਂ ਹੋਈ ਸੀ ਬੱਚੇ ਨੂੰ ਅਤੇ ਇਹ ਮਨੀ ਵੀਰ ਨੇ ਸਾਡੇ ਨੇ ਕੱਲ੍ਹ ਮੈਂ ਤੁਹਾਨੂੰ ਵੀਡੀਓ 'ਚ ਨਹੀਂ ਦਿਖਾ ਸਕਿਆ ਵੀਰ ਇਹਨਾਂ ਦੇ ਪਰਿਵਾਰ ਨੂੰ ਲੱਭਣ ਗਿਆ ਹੋਇਆ ਸੀਗਾ ਤਾਂ ਇਹੀ ਲੈ ਕੇ ਆਇਆ ਚੱਕ ਕੇ ਕੁੜੀ ਨੂੰ ਇਹਨੇ ਲਿਜਾ ਕੇ ਉੱਥੋਂ 108 ਨੂੰ ਫੋਨ ਕੀਤਾ ਉੱਥੇ ਲੈ ਕੇ ਗਿਆ ਸਿਵਲ ਹੋਸਪਿਟਲ ਉੱਥੋਂ ਸਿਵਲ ਹਸਪਤਾਲ ਵਾਲਿਆਂ ਨੇ ਜਦੋਂ ਪ੍ਰੋਪਰ ਟ੍ਰੀਟਮੈਂਟ ਕਰਨ ਦਾ ਕਹਿਤਾ ਵੀ ਬੱਚੇ ਦੀ ਸਿਕਿਉਰਟੀ ਵਾਸਤੇ ਸਾਨੂੰ ਕੋਈ ਦੱਸੋ ਕੀ ਆ ਤਾਂ ਫਿਰ ਅਸੀਂ ਇੱਥੇ ਪ੍ਰਾਈਵੇਟ ਹੋਸਪਿਟਲ ਦੀਪਕ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਲੈ ਕੇ ਆ ਗਏ ਜੀ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੁਣ ਇੱਥੇ ਐਡਮਿਟ ਆ ਕੁੜੀ ਅਤੇ ਪਰਿਵਾਰ ਲੱਭ ਗਿਆ ਰਿਸ਼ਪਾਲ ਸਿੰਘ ਜੀ ਪਹੁੰਚੇ ਆ ਜੀ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕਰੀ ਆ ਰਿਸ਼ਪਾਲ ਬਾਈ ਜੀ ਇਹ ਕਹਿੰਦੇ ਆ ਵੀ ਮੈਂ ਫਿਰ ਵੀ ਇਸ ਲੜਕੀ ਆਪਣੀ ਬੇਟੀ ਨੂੰ ਸੰਭਾਲਣ ਲਈ ਤਿਆਰ ਆ ਅੱਜ ਇਸ ਹਾਲਾਤ ਦੇ ਵਿੱਚ ਵੀ ਕਿਉਂਕਿ ਬੱਚੇ ਨੂੰ ਦੇਖਦੇ ਹੋਏ ਇਹ ਵੀ ਬੜੇ ਸ਼ਰੀਫ ਬੰਦੇ ਆ ਜੀ ਜਿਵੇਂ ਕਿ ਅਸੀਂ ਮਿਲਿਆ ਇਹਨਾਂ ਨੂੰ ਆ ਕੇ ਬੜਾ ਮਨ ਦੁਖੀ ਹੋਇਆ ਬਾਪ ਦੀ ਅੱਜ ਕੱਲ੍ਹ ਦੇ ਇੱਕ ਲੜਕੀ ਦੇ ਬਾਪ ਦੀ ਵਿੱਚਿਆ ਸੁਣ ਕੇ ਵੀ ਦੁੱਖ ਦੇਖ ਕੇ ਵੀ ਬੜਾ ਮਨ ਭਰਿਆ ਜੀ ਬੜੇ ਵਿਚਾਰੇ ਦੋ ਤਿੰਨ ਵਾਰ ਮੁਸ਼ਕਲ ਹੋ ਚੁੱਕਿਆ ਸਾਡੇ ਕੋਲ ਕਿਉਂਕਿ ਇਸ ਚੀਜ਼ ਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਇਹ ਹਾਲਾਤ ਆ ਜਿਹੜੇ ਅੱਜ ਸਾਡੇ ਸਾਹਮਣੇ ਬਣੇ ਆ ਸਾਡੀ ਸੰਸਥਾ ਦੇ ਵਾਸਤੇ ਇਹਨੂੰ ਅਸੀਂ ਐਕਸਪਲੇਨ ਨਹੀਂ ਕਰ ਸਕਦੇ ਤੁਹਾਡੇ ਸਾਹਮਣੇ ਪਰ ਤੁਸੀਂ ਜੇ ਕੋਈ ਵੀਰ ਭੈਣ ਸਮਝ ਸਕਦਾ ਤਾਂ ਉਹ ਮੁੰਡੇ ਇਸ ਚੀਜ਼ ਨੂੰ ਦੇਖ ਕੇ ਜਾਂ ਸੁਣ ਕੇ ਸਮਝ ਸਕਦਾ ਵਾ ਜੀ ਕਿਉਂਕਿ ਜਾਂ ਤਾਂ ਰਾਹ ਪੈ ਜਾਣੀ ਜਾਂ ਵਾਹ ਪੈ ਜਾਣੀ ਹੈ ਜੀ ਅਸੀਂ ਇਸ ਚੀਜ਼ ਦੇ ਵਿੱਚ ਹੁਣ ਪਏ ਹੋਏ ਹਾਂ ਸਾਨੂੰ ਅਸੀਂ ਤਾਂ ਸਮਝ ਸਕਦੇ ਹਾਂ ਇਸ ਗੱਲ ਨੂੰ ਬੜੇ ਦੁੱਖ ਦੀ ਗੱਲ ਆ ਸਮਾਜ ਪਤਾ ਨਹੀਂ ਕਿੱਧਰ ਨੂੰ ਜਾ ਰਿਹਾ ਸਾਡਾ ਅਤੇ ਮੈਂ ਵਾਰ ਵਾਰ ਅਸੀਂ ਇਹ ਵੀ ਕਹਿੰਦੇ ਹਾਂ ਵੀ ਅਸੀਂ ਕੋਈ ਬਹੁਤ ਗੁਣੀ ਗਿਆਨੀ ਜਾਂ ਅਸੀਂ ਕੋਈ ਟਕਸਾਲੀ ਜਾਂ ਕੋਈ ਉਹ ਨਹੀਂ ਹੈਗੇ ਵੀ ਜਾਂ ਅਸੀਂ ਬਹੁਤ ਸਮਝ ਰੱਖਦੇ ਹਾਂ ਜਾਂ ਅਸੀਂ ਸਿਰਫ ਇੱਕ ਕਾਲ ਚੁੰਗੀ ਬੰਦੇ ਹਾਂ ਜੀ ਸੱਚੇ ਪਾਤਸ਼ਾਹ ਨੇ ਮਿਹਰ ਕਰੀ ਆ ਉਹਨਾਂ ਨੇ ਡਿਊਟੀ ਲਾਈ ਆ ਸੱਚੇ ਪਾਤਸ਼ਾਹ ਨੇ ਕਿਰਪਾ ਕਰੀ ਆ ਅਤੇ ਜਿਹੜਾ ਅਸੀਂ ਇਹ ਸੇਵਾ ਦੇ ਵਿੱਚ ਲੱਗੇ ਹੋਏ ਹਾਂ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਅਤੇ ਪਰ ਇਸ ਪੰਜਾਬ ਦੀ ਧੀ ਜਿਹੜੀ ਕਹਿੰਦੀ ਪੰਜਾਬੀ ਪਰਿਵਾਰ ਸਿੱਖ ਪਰਿਵਾਰ ਨੂੰ ਬਿਲੋਂਗ ਕਰਦੀ ਆ ਬਾਈ ਜੀ ਉਹਨਾਂ ਨੇ ਦੱਸਿਆ ਇਹਨਾਂ ਦੇ ਦਾਦਾ ਜੀ ਕੈਪਟਨ ਸੀਗੇ ਫੌਜ ਦੇ ਵਿੱਚ ਕਿਸੇ ਟਾਈਮ ਅਤੇ ਵਧੀਆ ਪਰਿਵਾਰ ਨੂੰ ਬਿਲੋਂਗ ਕਰਦੇ ਆ ਪਿੰਡਾਂ ਦੇ ਰਹਿਣ ਵਾਲੇ ਆ ਕੁਮਾਰ ਪਿੰਡ ਸੀ ਇਹਨਾਂ ਦਾ ਪਿੱਛਾ ਕਾਫੀ ਸਾਲਾਂ ਤੋਂ ਹੀ ਸ਼ਹਿਰ ਦੇ ਵਿੱਚ ਰਹਿ ਰਹੇ ਆ ਪਿਛਲੇ 40-50 ਸਾਲਾਂ ਤੋਂ ਅਤੇ ਪਰ ਅੱਜ ਹਾਲਾਤ ਇਸ 'ਤੇ ਖੜ੍ਹੇ ਹੋ ਗਿਆ ਕਿ ਇਸ ਮੋੜ 'ਤੇ ਵੀ ਕੁੜੀ ਦੀ ਹਾਲਤ ਤੁਸੀਂ ਦੇਖ ਸਕਦੇ ਹੋ ਵੀ ਕੀ ਆ ਅਤੇ ਅਸੀਂ ਇਸ ਭੈਣ ਨੂੰ ਵੀ ਬੇਨਤੀ ਕਰੀ ਆ ਅਤੇ ਸਾਡੀ ਬੇਨਤੀ ਮੰਨ ਵੀ ਗਈ ਆ ਭੈਣ ਹੁਣ ਇਹ ਅਤੇ ਆਪਦੇ ਫਾਦਰ ਦੇ ਨਾਲ ਜਾਣ ਲਈ ਤਿਆਰ ਆ ਅਤੇ ਕਹਿੰਦੇ ਨੇ ਨਸ਼ਿਆਂ ਤੋਂ ਵੀ ਤੋਬਾ ਕੀਤੀ ਆ ਕਹਿੰਦੀ ਮੈਂ ਜ਼ਿੰਦਗੀ 'ਚ ਹੁਣ ਕਦੇ ਆ ਨਸ਼ਾ ਨਹੀਂ ਕਰੂੰਗੀ ਬੱਚੇ ਦੀ ਆਪਦੇ ਦੀ ਪਰਵਰਿਸ਼ ਵੀ ਹੈ ਕਹਿੰਦੀ ਮੈਂ ਕਰੂੰਗੀ ਅਤੇ ਬਾਕੀ ਇਹਦੇ ਸਹੁਰੇ ਪਰਿਵਾਰ ਵੱਲੋਂ ਹਜੇ ਤੱਕ ਕੋਈ ਨਹੀਂ ਆਇਆ ਜਿਵੇਂ ਕਿ ਸਾਨੂੰ ਦੱਸਿਆ ਵੀ ਕਿੰਨੇ ਕੁੜੀ ਨੇ ਵੀ ਉਹ ਇਹਨਾਂ ਦਾ ਗੁਰਸਿੱਖ ਪਰਿਵਾਰ ਆ ਜੀ ਇਹ ਬੱਚਾ ਅਮਨਜੋਤ ਸਿੰਘ ਆ ਜੀ ਇਹਦੇ ਜਿਹੜੇ ਦਾਦਾ ਜੀ ਆ ਉਹ ਯਾਨੀ ਕਿ ਕਹਿ ਸਕਦੇ ਹਾਂ ਨਿਹੰਗ ਸਿੰਘ ਹੈਗੇ ਆ ਜੀ ਉਹ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਗੁਰਸਿੱਖ ਪਰਿਵਾਰ ਆ ਅਤੇ ਪਰ ਉਹਨਾਂ ਨੇ ਹਜੇ ਤੱਕ ਸਾਡੇ ਤੱਕ ਅਪਰੋਚ ਨਹੀਂ ਕੀਤੀ ਅਸੀਂ ਉਹਨਾਂ ਦੇ ਅੱਗੇ ਵੀ ਬੇਨਤੀ ਕਰਦੇ ਹਾਂ ਵੀ ਫੁੱਲ ਵਰਗੇ ਬੱਚੇ ਨੂੰ ਇਸ ਮਾਸੂਮ ਬੱਚੇ ਨੂੰ ਆ ਕੇ ਜ਼ਰੂਰ ਮਿਲਣ ਇਹਨੂੰ ਅਪਣਾਉਣ
ਇਹਦਾ ਟੈਸਟ ਹੋਇਆ ਹੋਇਆ ਜੀ ਕੱਲ੍ਹ ਨੂੰ ਰਿਪੋਰਟ ਆਉਣੀ ਆ ਇਹਦਾ ਟੀ ਬੀ ਦਾ ਟੈਸਟ ਹੋਇਆ ਬੱਚੇ ਦਾ ਪਰ ਡਾਕਟਰ ਦੱਸਦੇ ਆ ਵੀ ਕਾਫੀ ਜ਼ਿਆਦਾ ਡੈਮੇਜ ਆ ਇਹਦਾ ਵੇਟ ਵੀ ਕਾਫੀ ਘੱਟ ਆ ਐਜ ਏਜ ਜਿਸ ਤਰੀਕੇ ਨਾਲ 5 ਮਹੀਨਿਆਂ ਦਾ ਬੱਚਾ ਦੱਸਦੇ ਆ ਅਤੇ ਇਹਦਾ ਵੇਟ ਘੱਟ ਆ ਕਾਫੀ ਸਰੀਰ ਦੇ ਉੱਤੇ ਕਾਫੀ ਜ਼ਖਮ ਹੋਏ ਹੋਏ ਸੀ ਛੋਟੇ ਛੋਟੇ ਰੈਸ਼ ਹੋਏ ਆ ਨਵ ਜਿਹੜੀ ਇਹਦੇ ਡੈਪਰ ਲੱਗਿਆ ਹੋਇਆ ਸੀ ਬੱਚੇ ਦੇ 4-5 ਦਿਨਾਂ ਤੋਂ ਕੋਈ ਡੈਪਰ ਲੱਗਿਆ ਸੀ ਉਹਦੇ ਵਿੱਚ ਕਾਫੀ ਰੈਸ਼ ਹੋਏ ਸਾਡੇ ਟੀਮ ਮੈਂਬਰ ਆ ਜਿੰਦਰ ਆ ਜੀ ਮੁੰਡਾ ਅਤੇ ਇਹ ਮਨੀਵੀਰ ਆ ਅਤੇ ਇੱਕ ਮੁੰਡਾ ਹੋਰ ਆ ਸਾਡਾ ਇੱਥੇ ਗਗਨ ਉਹ ਦਵਾਈਆਂ ਲੈਣ ਗਿਆ ਹੋਇਆ ਅਤੇ ਇਹਨਾਂ ਨੇ 3 ਦਿਨਾਂ ਤੋਂ ਬੱਚੇ ਨੂੰ ਸੰਭਾਲ ਰਹੇ ਆ ਇਹ ਦੁੱਧ ਪਿਲਾ ਰਹੇ ਆ ਅਤੇ ਗੁਰੂ ਮਹਾਰਾਜ ਇਹਨਾਂ ਨੂੰ ਵੀ ਇੱਦਾਂ ਹੀ ਸਮਰਥ ਬਖਸ਼ਣ ਵੀ ਸੇਵਾ ਕਰ ਰਹੇ ਆ ਬੜੀ ਵੱਡੀ ਸੇਵਾ ਜੀ ਗੁਰੂ ਮਹਾਰਾਜ ਹਰੇਕ ਨੂੰ ਬਖਸ਼ਿਆ ਸੱਚੇ ਪਾਤਸ਼ਾਹ ਨੇ ਬਖਸ਼ੀ ਆ ਸਾਡੀ ਟੀਮ ਨੂੰ ਅਤੇ ਅਸੀਂ ਬਾਈ ਜੀ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਇੱਕ ਸਾਨੂੰ ਉਹਦੀ ਕਿਰਤ ਕਰਨ ਵਾਲਾ ਬੰਦਾ ਜੀ ਖਿਲਾ ਦੀ ਆ ਵੀਰ ਤੁਸੀਂ ਦੇਖ ਸਕਦੇ ਹੋ ਹੱਥਾਂ ਤੋਂ ਆਪਦੀ ਕਿਰਤ ਕਰਦੇ ਉੱਥੋਂ ਆਏ ਆ ਕੰਮ ਤੋਂ ਆਪਦੇ ਤੋਂ ਅਤੇ ਉੱਥੋਂ ਮਨੀ ਵੀਰ ਲੈ ਕੇ ਆਇਆ ਜਾ ਕੇ ਸੱਚੇ ਪਾਤਸ਼ਾਹ ਇਹਨਾਂ 'ਤੇ ਵੀ ਮਿਹਰ ਕਰਨ ਅਤੇ ਇਹਨਾਂ ਦੀ ਇਸ ਬੇਟੀ ਜਾਂ ਇਹਨਾਂ ਦੇ ਜਿਹੜਾ ਦੋਹਤਾ ਉਹਦੇ 'ਤੇ ਵੀ ਮਿਹਰ ਕਰਨ ਵੀ ਇਹ ਆਪਦੀ ਜ਼ਿੰਦਗੀ ਦੁਬਾਰਾ ਵਧੀਆ ਤਰੀਕੇ ਨਾਲ ਬਸਰ ਕਰ ਸਕਣ ਅਤੇ ਸਾਡੀ ਟੀਮ ਆਪਦੀ ਪੂਰੀ ਤਨਦੇਹੀ ਨਾਲ ਸੇਵਾ ਕਰ ਰਹੀ ਆ ਜੀ ਇਹਨਾਂ ਦਾ ਇਲਾਜ ਦਾ ਜ਼ਿੰਮੇਵਾਰੀ ਹੈ ਜਿਹੜੀ ਜੋ ਵੀ ਹੋ ਸਕਦਾ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਅਸੀਂ ਕਰਵਾਵਾਂਗੇ ਜੀ ਅਤੇ ਇਹ ਆਪਦੇ ਪਰਿਵਾਰ ਦੇ ਵਿੱਚ ਰਹਿ ਸਕੇ ਅਤੇ ਬੱਚਾ ਆਪਦੀ ਜ਼ਿੰਦਗੀ ਵਧੀਆ ਜਿਉਂ ਸਕੇ। ਇਹ ਥੋੜ੍ਹਾ ਜਿਹਾ ਸਾਡਾ ਕਨੈਕਸ਼ਨ ਵੀਕ ਹੋ ਗਿਆ ਸੀਗਾ ਉਹਦੇ ਕਰਕੇ ਸਾਡੀ ਜਿਹੜੀ ਹੈਗੀ ਆ ਗੱਲਬਾਤ ਵਿੱਚ ਥੋੜ੍ਹੀ ਇੰਟਰਕਟ ਹੋ ਗਈ ਸੀ ਪਰ ਅਸੀਂ ਇਹੀ ਬੇਨਤੀ ਕਰਦੇ ਹਾਂ ਸਾਡਾ ਨੰਬਰ 97-800-3000-75 ਹੈ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਸਾਨੂੰ ਇਸ ਸਾਡੀ ਟੀਮ ਨੂੰ ਇਹ ਸੇਵਾ ਮਿਲੀ ਹੈ ਜੀ ਅਸੀਂ ਆਪਦੀ ਪੂਰੀ ਤਨਦੇਹੀ ਨਾਲ ਨਿਭਾਵਾਂਗੇ ਜੀ ਵਾਹਿਗੁਰੂ ਕਿਰਪਾ ਕਰਨ ਅਤੇ ਇਹ ਸਾਡੇ ਭੈਣ ਠੀਕ ਹੋ ਜਾਵੇ ਆਪਣੀ ਜ਼ਿੰਦਗੀ ਦੁਆਰਾ ਆਪਦੇ